ਪੰਜਾਬ ਸਰਕਾਰ ਵੱਲੋਂ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੇ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਜਰਾਤ 'ਚ ਵੋਟਾਂ ਲੈਣ ਦੇ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਹੁਣ ਪੰਜਾਬ ਸਰਕਾਰ ਇਸ ਨੋਟੀਫਿਕੇਸ਼ਨ ਤੋਂ ਮੁਕਰ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਹਾਨਾ ਲਗਾਇਆ ਕਿ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਸਾਨੂੰ ਫੰਡ ਨਹੀਂ ਦਿੱਤਾ ਤੇ ਜਿਸ ਕਰਕੇ ਹੁਣ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਨਹੀਂ ਕੀਤੀ ਜਾਵੇਗੀ। ਆਓ ਸੁਣਨਦਿਆਂ ਹੋਰ ਕੀ ਕੁਝ ਕਿਹਾ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੂੰ ਰਿਮੋਟ ਕੰਟਰੋਲ ਨਾਲ ਅਰਵਿੰਦ ਕੇਜਵਲ ਦਿੱਲੀ ਤੋਂ ਚਲਾ ਰਹੇ ਆ ਫੇਰ ਇੱਕ ਵਾਰ ਵਾਦਾ ਕਰਕੇ ਮੁੱਕਰ ਗਈ 올ਡ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਅਸੀਂ ਲਾਉਣ ਜਾ ਰਹੇ ਆ ਹੁਣ ਲਾਉਣ ਦਾ ਵੇਲਾ ਆਇਆ ਤੇ ਅੱਜ ਕਹਿੰਦੇ ਨੇ ਕੇਂਦਰ ਸਰਕਾਰ ਨੇ ਪੈਸੇ ਨਹੀਂ ਦਿੱਤੇ ਇਸ ਕਰਕੇ ਲਾਗੂ ਨਹੀਂ ਕਰ ਰਹੇ ਜਿਤਨਾ ਇਸ਼ਤਿਹਾਰ ਦਿੱਤਾ ਸੀ ਹਿਮਾਚਲ ਔਰ ਗੁਜਰਾਤ ਦੀ ਇਲੈਕਸ਼ਨ ਤੋਂ ਪਹਿਲਾਂ ਸੈਂਕੜੇ ਕਰੋੜ ਰੁਪਏ ਪੰਜਾਬ ਦੇ ਇਸ਼ਤਿਹਾਰਾਂ ਚ ਬਰਬਾਦ ਕੀਤੇ ਸੀ ਉਹ ਦਿਨ ਲਿਖਿਆ ਸੀ ਥੱਲੇ ਕਿ ਕੇਂਦਰ ਸਰਕਾਰ ਪੈਸਾ ਦੇਊਗੀ ਤੇ ਤਾਂ ਲਾਗੂ ਕਰਾਂਗੇ ਉਦੋਂ ਤੇ ਕਹ ਰਹੇ ਸੀ ਵਾਹ ਭਾਈ ਕਰਤੀ ਅਸੀਂ ਅਸੀਂ ਲਾਗੂ ਕਰ ਦਿੱਤੀ ਹੁਣ ਅਸੀਂ ਗੁਜਰਾਤ ਚ ਵੀ ਲਾਗੂ ਕਰਾਂਗੇ ਹਿਮਾਚਲ ਚ ਵੀ ਲਾਗੂ ਕਰਾਂਗੇ ਕਿਉਂਕਿ ਇਲੈਕਸ਼ਨ ਲੜਨੀ ਸੀ ਪੰਜਾਬ ਦਾ ਪੈਸਾ ਬਰਬਾਦ ਕੀਤਾ ਔਰ ਹੁਣ ਲਾਗੂ ਕਰਨ ਦਾ ਵੇਲਾ ਆ ਤੇ ਜਿਤਨਾ ਕਰਜ਼ਾ ਮਾਫੀ ਵਾਸਤੇ ਨਟੰਕੀ ਕੀਤੀ ਸੀ ਕੇਂਦਰ ਸਰਕਾਰ ਪੈਸੇ ਨਹੀਂ ਦਿੰਦੀ ਇਸੇ ਤਰ੍ਹਾਂ ਹੁਣ ਫੇਰ ਨਟੰਕੀ ਕੀਤੀ ਲੋਕ ਕਹਿੰਦੇ ਨੇ ਮਾਨ ਸਰਕਾਰ ਦਾ ਵੱਡਾ ਫੈਸਲਾ ਸੀ ਕਿਹੜੀ ਸਰਕਾਰ ਮਾਨ ਦੀ ਇਹ ਸਰਕਾਰ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਔਰ ਨਟੰਕੀ ਬਾਜ਼ ਦੇ ਇਸ਼ਾਰਿਆਂ ਤੇ ਚੱਲ ਰਹੀ ਸਰਕਾਰ ਆ ਇਹ ਵੱਡਾ ਫੈਸਲਾ ਸੀ ਲੋਗਾਂ ਨੂੰ ਧੋਖੇ ਵਾਲਾ ਫੈਸਲਾ ਸੀ ਬੇਈਮਾਨੀ ਵਾਲਾ ਫੈਸਲਾ ਸੀ ਲੋਕਾਂ ਨਾਲ ਛਲ ਕਬਟ ਕਰਨ ਵਾਲਾ ਫੈਸਲਾ ਸੀ ਪੰਜਾਬ ਦੇ ਲੋਗੋ ਇਹ ਆਮ ਆਦਮੀ ਪਾਰਟੀ ਤੁਹਾਨੂੰ ਲੁੱਟਣ ਕੁੱਟਣ ਤੇ ਕਸੁੱਟਣ ਤੇ ਲੱਗਿਆ ਇਹਦਾ ਇੱਕ ਹੀ ਮਕਸਦ ਆ ਤੁਹਾਡਾ ਪੈਸਾ ਦੂਜੇ ਸੂਬਿਆਂ ਜਾ ਕੇ ਉਜਾੜਨਾ ਤੇ ਆਪਣੀ ਰਾਜਨੀਤੀ ਕਰਨਾ ਦੇਖ ਲਿਆ ਓਪੀਐਸ ਦਾ ਮਿਲ ਗਈ ਪੈਨਸ਼ਨ ਇਸੇ ਤਰ੍ਹਾਂ ਰੋਜ਼ ਨੂੰ ਟੰਕੀਆਂ ਕਰਨਗੇ ਤੇ ਠੀਕਰ ਕੇਂਦਰ ਸਰਕਾਰ ਦੇ ਸਿਰ ਤੇ ਫੋੜਨਗੇ ਪੰਜਾਬ ਸਰਕਾਰ ਵੱਲੋਂ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਤੇ ਪਾਜ ਪਾਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਜਰਾਤ 'ਚ ਵੋਟਾਂ ਲੈਣ ਦੇ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਹੁਣ ਪੰਜਾਬ ਸਰਕਾਰ ਇਸ ਨੋਟੀਫਿਕੇਸ਼ਨ ਤੋਂ ਮੁਕਰ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਹਾਨਾ ਲਗਾਇਆ ਕਿ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਸਾਨੂੰ ਫੰਡ ਨਹੀਂ ਦਿੱਤਾ ਤੇ ਜਿਸ ਕਰਕੇ ਹੁਣ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਨਹੀਂ ਕੀਤੀ ਜਾਵੇਗੀ। ਆਓ ਸੁਣਨਦਿਆਂ ਹੋਰ ਕੀ ਕੁਝ ਕਿਹਾ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੂੰ ਰਿਮੋਟ ਕੰਟਰੋਲ ਨਾਲ ਅਰਵਿੰਦ ਕੇਜਵਲ ਦਿੱਲੀ ਤੋਂ ਚਲਾ ਰਿਹਾ ਫੇਰ ਇੱਕ ਵਾਰ ਵਾਅਦਾ ਕਰਕੇ ਮੁੱਕਰ ਗਈ 올ਡ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਅਸੀਂ ਲਾਉਣ ਜਾ ਰਹੇ ਹਾਂ ਹੁਣ ਲਾਉਣ ਦਾ ਵੇਲਾ ਆਇਆ ਤੇ ਅੱਜ ਕਹਿੰਦੇ ਨੇ ਕੇਂਦਰ ਸਰਕਾਰ ਨੇ ਪੈਸੇ ਨਹੀਂ ਦਿੱਤੇ ਇਸ ਕਰਕੇ ਲਾਗੂ ਨਹੀਂ ਕਰ ਰਹੇ ਜਿਤਨਾ ਇਸ਼ਤਿਹਾਰ ਦਿੱਤਾ ਸੀ ਹਿਮਾਚਲ ਔਰ ਗੁਜਰਾਤ ਦੀ ਇਲੈਕਸ਼ਨ ਤੋਂ ਪਹਿਲਾਂ ਸੈਕੜਾ ਕਰੋੜ ਰੁਪਏ ਪੰਜਾਬ ਦੇ ਇਸ਼ਤਿਹਾਰਾਂ ਚ ਬਰਬਾਦ ਕੀਤੇ ਸੀ ਉਸ ਦਿਨ ਲਿਖਿਆ ਸੀ ਥੱਲੇ ਕਿ ਕੇਂਦਰ ਸਰਕਾਰ ਪੈਸਾ ਦੇਊਗੀ ਤੇ ਤਾਂ ਲਾਗੂ ਕਰਾਂਗੇ ਉਸ ਦਿਨ ਤੇ ਕਹਿ ਰਹੇ ਸੀ ਵਾਹ ਭਾਈ ਕਰਤੀ ਅਸੀਂ ਅਸੀਂ ਲਾਗੂ ਕਰ ਦਿੱਤੀ ਹੁਣ ਅਸੀਂ ਗੁਜਰਾਤ ਚ ਵੀ ਲਾਗੂ ਕਰਾਂਗੇ ਹਿਮਾਚਲ ਚ ਵੀ ਲਾਗੂ ਕਰਾਂਗੇ ਕਿਉਂਕਿ ਇਲੈਕਸ਼ਨ ਲੜਨੀ ਸੀ ਪੰਜਾਬ ਦਾ ਪੈਸਾ ਬਰਬਾਦ ਕੀਤਾ ਔਰ ਹੁਣ ਲਾਗੂ ਕਰਨ ਦਾ ਵੇਲਾ ਆ ਤੇ ਜਿਤਨਾ ਕਰਜ਼ਾ ਮਾਫੀ ਵਾਰਾਂ ਨਟੰਕੀ ਕੀਤੀ ਸੀ ਕੇਂਦਰ ਸਰਕਾਰ ਪੈਸੇ ਨਹੀਂ ਦਿੰਦੀ ਇਸੇ ਤਰ੍ਹਾਂ ਹੁਣ ਫੇਰ ਨਟੰਕੀ ਕੀਤੀ ਲੋਕ ਕਹਿੰਦੇ ਨੇ ਮਾਨ ਸਰਕਾਰ ਦਾ ਵੱਡਾ ਫੈਸਲਾ ਸੀ ਕਿਹੜੀ ਸਰਕਾਰ ਮਾਨਦੀ ਇਹ ਸਰਕਾਰ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਔਰ ਨਟੰਕੀ ਬਾਜ਼ ਦੇ ਇਸ਼ਾਰਿਆਂ ਤੇ ਚੱਲ ਰਹੀ ਸਰਕਾਰ ਆ ਇਹ ਵੱਡਾ ਫੈਸਲਾ ਸੀ ਲੋਕਾਂ ਨੂੰ ਧੋਖੇ ਵਾਲਾ ਫੈਸਲਾ ਸੀ ਬੇਈਮਾਨੀ ਵਾਲਾ ਫੈਸਲਾ ਸੀ ਲੋਕਾਂ ਨਾਲ ਛਲ ਕਪਟ ਕਰਨ ਵਾਲਾ ਫੈਸਲਾ ਸੀ ਪੰਜਾਬ ਦੇ ਲੋਕੋ ਇਹ ਆਮ ਆਦਮੀ ਪਾਰਟੀ ਤੁਹਾਨੂੰ ਲੁੱਟਣ ਕੁੱਟਣ ਤੇ ਕਸੁੱਟਣ ਤੇ ਲੱਗੀ ਆ ਇਹਦਾ ਇੱਕ ਹੀ ਮਕਸਦ ਆ ਤੁਹਾਡਾ ਪੈਸਾ ਦੂਜੇ ਸੂਬਿਆਂ ਜਾ ਕੇ ਉਜਾੜਨਾ ਤੇ ਆਪਣੀ ਰਾਜਨੀਤੀ ਕਰਨਾ ਦੇਖ ਲਿਆ ਓਪੀਐਸ ਦਾ ਮਿਲ ਗਈ ਪੈਨਸ਼ਨ ਇਸੇ ਤਰ੍ਹਾਂ ਰੋਜ਼ ਨਟੰਕੀਆਂ ਕਰਨਗੇ ਤੇ ਠੀਕਰਾਂ ਕੇਂਦਰ ਸਰਕਾਰ ਦੇ ਸਿਰ ਤੇ ਫੋੜਨਗੇ